ਮੁੱਖ ਮੰਤਰੀ ਭਗਵੰਤ ਮਾਨ ਵਿਆਹ ਕਰਨ ਜਾ ਰਹੇ ਨੇ। ਹਾਂਜੀ ਮੁੱਖ ਮੰਤਰੀ ਸਾਹਿਬ ਸ਼ਾਦੀ ਕਰਨ ਕਦੋਂ? ਔਰ ਇਹ ਵਿਆਹ ਸਮਾਗਮ ਹੋਏਗਾ ਕੱਲ ਯਾਨੀ ਕਿ ਵੀਰਵਾਰ ਨੂੰ ਯਾਨੀ 7 ਜੁਲਾਈ ਨੂੰ। ਤੇ ਕੌਣ ਕੌਣ ਆ ਰਿਹਾ ਵੈਸੇ? ਪਰਿਵਾਰਕ ਮੈਂਬਰ ਹੋਣ ਤੇ ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਆਉਣਗੇ। ਉਹ ਵੀ ਕੇਜਰੀਵਾਲ ਸਾਹਿਬ ਯਾਰ ਕੇਜਰੀਵਾਲ ਸਾਹਿਬ ਪੈਸੇ ਕੀ ਕਮੀ ਨਹੀਂ ਹੋਣੇ ਦੂੰਗਾ। ਪੈਸੇ ਦੀ ਗੱਲ ਛੱਡ ਤੂੰ ਅੰਨੀ ਦਿਆ, ਪੈਸਾ ਇਹ ਪੰਜਾਬੀਆਂ ਦਾ ਵਿਆਹ ਹੈ। ਇੱਥੇ 50-55 ਸੌ ਜਾਂ 100-101 ਨਹੀਂ, ਇੱਥੇ 50,000-51,000 ਲੱਖ-ਲੱਖ ਰੁਪਏ ਸਗਣ ਪਾਉਂਦੇ ਨੇ ਪੰਜਾਬੀ। ਹਮ ਆਮ ਆਦਮੀ ਹੈ, ਹਮਾਰੇ ਪਾਸ ਪੈਸਾ ਨਹੀਂ ਹੈ। ਇਹ ਤਾਂ ਕੋਤੀ ਦਾ ਹੋਣੀ ਮੂਤਰ ਗਿਆ। ਅੱਛਾ ਇਹਦੀ ਗੱਲ ਛੱਡੋ, ਵੈਸੇ ਮੈਂ ਜਿਹੜਾ ਮੁੱਦਾ ਅੱਜ ਲੈ ਕੇ ਆਇਆ ਸੀ ਉਹ ਇਹ ਸੀ, ਸੋਨੂੰ ਬੇਟਾ ਕਿਆ ਬਣਨਾ ਚਾਹਤੇ ਹੋ ਆਪ? IAS ਬਣਨਾ ਚਾਹਤੇ ਹੋ? IAS ਇਹ ਕੀ ਹੁੰਦਾ? ਇਹ ਕੀ ਹੁੰਦਾ IAS? ਕੀ ਹੁੰਦਾ? ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ। ਅੱਛਾ ਵੇਖੋ ਬੱਚਿਆਂ ਨੂੰ ਕਿੰਨੀ ਨੌਲੇਜ, ਇਹ ਬੱਚਾ ਹੀ ਬਿਹਾਰ ਦਾ ਕਿੰਨੀ ਨੌਲੇਜ, ਤੇ ਬੱਚਾ ਬਣਨਾ ਚਾਹੁੰਦਾ IAS, ਕੀ ਬਣਨਾ ਚਾਹੁੰਦਾ ਸੋਨੂੰ ਬੇਟਾ? ਦੁਬਾਰਾ ਦੱਸਿਓ। IAS ਬਣਨਾ ਚਾਹਤੇ ਹੋ? ਆ ਇਹ ਬਣਨਾ ਚਾਹੁੰਦਾ, ਤੇ ਸਾਡੇ ਬੱਚੇ ਆ ਵੇਖੋ, ਸਾਡੇ ਬੱਚਿਆਂ ਨਾਲ ਵੇਖ ਲਓ। ਵੀ ਖੋਤੀ ਦੇ ਬੱਚੇ ਜਿਹੜੇ ਦੇ ਨਾਲ ਵੀਡੀਓ ਬਣਾਉਂਦੇ ਵੀ ਚਾਰ, ਉਹ ਵੇਖੋ ਬੱਚਾ ਪੋਲੀਓ ਦਾ ਮਰੀਜ਼ ਹੈ ਯਾਰ, ਵੇਖੋ ਉਹਦਾ ਲੱਤ ਵੇਖੋ ਕਮਜ਼ੋਰ ਹੈ ਨਾ, ਪੋਲੀਓ ਦਾ ਮਰੀਜ਼ ਹੈ। ਅਤੇ ਅੰਨੀ ਦੇ ਉਹ ਪਿਓ ਨਾਲ ਵੀਡੀਓ ਬਣਾਉਣ ਗਏ ਉਹਨੂੰ, ਉਹ ਅੱਛਾ ਉਹਦਾ ਸਵਾਦ ਲੈਂਦੇ ਨਾਲ ਦੰਦੀਆਂ ਕੱਢਦੇ ਪਏ ਨੇ ਸਾਲੇ, ਉਹਦਾ ਸਵਾਦ ਲੈਂਦੇ ਬੱਚੇ ਜੇ ਦਾ। ਉਹਨੂੰ ਕਹੋ ਵੀ ਪੁੱਤਰ ਉਹਨੂੰ ਸਿੱਧੇ ਪਾਸੇ, ਪਿਓ ਨੂੰ ਪਹਿਲੀ ਗੱਲ ਸਿੱਧੇ ਪਾਸੇ ਲਾਓ, ਉਹਨੂੰ ਕਹਿ ਤੂੰ ਸਕੂਲ ਪੜ੍ਹ, ਅਸੀਂ ਤੈਨੂੰ ਕਿਤਾਬਾਂ ਵਰਦੀ ਲੈ ਕੇ ਦੇਣੇ ਆ, ਤੁਸੀਂ ਸਾਲੇ ਉਹ ਗਰੀਬ ਕਿਸੇ ਗਰੀਬੀ ਦਾ ਮਜ਼ਾਕ ਉਡਾਉਂਦੇ ਹੋ, ਉਹਨੂੰ ਸਿੱਧੇ ਪਾਸੇ ਲਾਓ। ਪਿਓ ਨੂੰ ਮਾੜੀ ਮੋਟੀ ਜੇ ਸ਼ਾਇਰੀ ਕਰਦਾ ਉਹਦੇ 'ਚ ਕੋਈ ਗੁਣ ਹੈ, ਉਹਨੂੰ ਕਿਸੇ ਨੂੰ ਚੰਗੇ ਪਾਸੇ ਲਾਓ, ਉਹਦਾ ਜਲੂਸ ਨਾ ਕੱਢੋ, ਹਰਾਮ ਦਿਓ ਸਾਲੇ ਕੰਜਰ ਜਲ ਜਾਂਦੇ ਨੇ ਰੀਲਾਂ ਬਣਾਉਣ। ਉਹ ਪਹਿਲਾਂ ਮੁੱਖ ਮੰਤਰੀ ਸੀ, ਉਹਦਾ ਵਿਚਾਰੇ ਦਾ ਨਜਾਇਜ਼ ਫਾਇਦਾ ਲੈ ਗਏ, ਫਿਰ ਅੱਜ ਉਹ ਜੋ ਨਛੱਤਰ ਸਿੰਘ ਆਇਆ, ਹੋਰ ਪਤਾ ਨਹੀਂ ਕਿੰਨੇ ਕਿੰਨੇ ਆਇਆ, ਗੋਲੂ ਵਿਚਾਰਾ ਆਇਆ, ਸਾਰੇ ਫਾਇਦਾ ਲੈਂਦੇ ਨੇ। ਆ ਗੋਲੂ ਨਾਲ ਤਾਂ ਰਿਪੋਰਟਰ ਚੁੰਮੀਆਂ ਕਿਤੇ ਲੈਂਦੀਆਂ ਰਹੀਆਂ ਨੇ ਖੋਤੀ ਦੀਆਂ ਬੱਚੀਆਂ। ਲੋਕਾਂ ਦੇ ਬੱਚੇ IAS ਦੀ ਬਣਨ ਦੀ ਤਿਆਰੀ ਕਰ ਰਹੇ ਨੇ। ਬੱਚਾ ਇਹਦੀ ਬੱਚੀ ਇਹਦੀ ਉਮਰ ਕਿੰਨੀ ਕੁ ਸੋਨੂੰ ਦੀ? ਹੈ 11 ਸਾਲ ਦਾ ਬੱਚਾ ਹੈ ਅਤੇ IAS ਬਣਨਾ ਚਾਹੁੰਦਾ, ਅਤੇ ਸਾਡਿਆਂ ਦੇ ਬੇੜੇ ਗਰਕ ਹੋ ਗਏ ਨੇ। ਸਾਡੇ 18 ਸਾਲ ਦੀ ਬੱਚੀ ਕੀ ਕਰ ਰਹੀ, ਮੈਂ ਤੁਹਾਨੂੰ ਦਿਖਾਉਂਦਾ 18 ਸਾਲ ਦੀ ਪੰਜਾਬੀਆਂ ਦੀ ਬੱਚੀ ਕੀ ਕਰ ਰਹੀ ਵੇਖਿਓ। ਇਹਨੂੰ ਹੁਣ ਇੰਨਾ ਨਹੀਂ ਪਤਾ ਵੀ ਇਹ ਜਿਹੜੀ ਲਿਪਸਿੰਗ ਕਰ ਰਹੀ ਹੈ ਨਾ ਉਹਦਾ ਮਤਲਬ ਕੀ ਹੈ, ਕੋਈ ਨਹੀਂ ਮਤਲਬ ਪਤਾ। ਦੁਬਾਰਾ ਗਾਣਾ ਸੁਣਿਓ। ਉਸੇ ਮੇਰਾ ਕੀ ਫਾਇਦਾ, ਮਿੱਤਰ ਹੈ ਆਪਣਾ ਬਾਗੀ ਲੋਕਾਂ ਨੇ ਥੱਲੇ ਕਮੈਂਟ ਵੀ ਕੀਤੇ ਨੇ, ਮੈਂ ਵੀ ਲੱਤਾਂ ਥਾਣੀ ਲੰਘਣਾ। ਉਹ ਖੋਤੇ ਦੇ ਬੱਚੇ ਹੋ, ਮਗਰ ਕਿਉਂ ਮੈਨੇ ਤੇਰਾ ਕਿਆ ਵਿਗਾੜਾ ਥਾ? ਮੈਂ ਤੈਨੂੰ ਨਹੀਂ ਕਹਿ ਰਿਹਾ ਕਰਮਿਤਾ ਜੀ, ਸਾਰੀਆਂ ਨੂੰ ਮੈਂ ਕਹਿ ਰਿਹਾ ਵੀ ਖੋਤੇ ਦੀ ਬੱਚੀ ਹੋ, ਪਹਿਲਾਂ ਚੰਗੀ ਤਰ੍ਹਾਂ ਦਾਦੇ ਤੁਹਾਡੇ ਘਰ ਦਾਦੇ ਦਾਦੀਆਂ ਨੇ ਆਉਣਾ, ਉਹ ਪੁੱਛ ਲਿਆ ਕਰੋ ਗਾਣਾ ਉਹਨਾਂ ਨੇ ਕੋਈ ਸੁਣਾ ਦਿਆ ਕਰੋ ਵੀ ਇਹਦਾ ਮਤਲਬ ਕੀ ਨਿਕਲਦਾ ਵੇ, ਕਿਉਂਕਿ ਮਾਂ ਪਿਓ ਤੁਹਾਡੇ ਨੂੰ ਨਹੀਂ ਪਤਾ, ਮੈਂ ਹਿਸਾਬ ਲਾ ਲਿਆ ਉਹਨਾਂ ਨੂੰ ਤਾਂ ਪਤਾ, ਉਹ ਅੰਗਰੇਜ਼ ਨੇ। ਦਾਦੇ ਦਾਦੀਆਂ ਨੂੰ ਪੁੱਛਿਆ ਕਰੋ ਵੀ ਇਹਨਾਂ ਦਾ ਮਤਲਬ ਕੀ ਨਿਕਲਦਾ, ਉਹ ਤੁਹਾਨੂੰ ਦੱਸਣ ਜਿਹੜੇ ਤੱਕ ਮਤਲਬ ਹੈ। ਆ ਵੇਖੋ ਲੋਕ ਥੱਲੇ ਕਮੈਂਟ ਹੀ ਕਰਦੇ ਪਏ ਸੀ, ਫਿਰ ਤਾਂ ਹਾਈਵੇ ਬਣਿਆ ਪਿਆ ਹੋਣਾ, ਵੈਸੇ ਟੋਲ ਕਿੰਨਾ ਲੱਗੂਗਾ, ਹੈ ਸਾਨੂੰ ਵੀ ਕੱਢ ਦ ਲੋ। ਆਹ ਤੁਹਾਡਾ ਜਲੂਸ ਕੱਢਦੇ ਨੇ, ਇੰਨੀ ਕੁ ਨੌਲੇਜ ਆ ਇਹਨਾਂ ਨੂੰ, ਕੀ ਕਹਾਂ ਮੈਂ ਇਹਨਾਂ ਨੂੰ। ਆਤਮ ਨਿਰਭਰ ਭਾਰਤ ਆਹ ਬੜੀ ਵਾਇਰਲ ਹੋ ਰਹੀ, ਕਰਮਿਤਾ ਕੌਰ ਦੀ ਸਹੇਲੀ ਸੋਨੀ ਕੌਰ, ਤੁਸੀਂ ਵੇਖੀ ਹੋਣੀ ਸਾਰਿਆਂ ਨੇ ਆਹ ਵੀਡੀਓ। ਹਾਂਜੀ ਗੁੱਡ ਮਾਰਨਿੰਗ ਗਾਇਸ, ਕਿਵੇਂ ਹੋ ਸਾਰੇ? ਠੀਕ ਠਾਕ ਹੋ? ਮੈਂ ਹੁਣੇ ਨਾ ਕੇ ਆਈ ਹਾਂ। ਹਾਂਜੀ ਨਾ ਲਈ ਤੁਸੀਂ ਪਾਊਡਰ ਵੀ ਲਾ ਲਿਓ, ਠੰਡਾ ਠੰਡਾ ਡਰਮੀ ਕੂਲ, ਬਾਹਰ ਗਰਮੀ ਬਹੁਤ ਹੋਣੀ ਹੈ। ਸਹੀ ਗੱਲ ਹੈ, ਆਵੇ ਆ ਇਹਦੀ ਫੁੱਲ ਕਲਿੱਪ ਤੁਹਾਨੂੰ ਦਿਖਾਵਾਂ ਜਿਹੜੀ। ਹਾਂਜੀ ਗੁੱਡ ਮਾਰਨਿੰਗ ਗਾਇਸ, ਕਿਵੇਂ ਹੋ ਸਾਰੇ? ਠੀਕ ਠਾਕ ਹੋ? ਤੇ ਮੈਂ ਹੁਣੇ ਨਾ ਕੇ ਆਈ ਹਾਂ, ਰੈਡੀ ਹੋਣ ਲੱਗੀ ਹਾਂ। ਉਹ ਵੀ ਖੋਤੇ ਦੀ ਬੱਚੀਆਂ ਗੱਲ ਦੱਸਣ ਵਾਲੀ, ਮੈਂ ਨਹਾ ਕੇ ਆਈ ਆ, ਮੈਂ ਰੈਡੀ ਹੋ ਲੱਗੀ। ਅੱਛਾ ਕਹਿੰਦੀ ਮੈਂ ਨਾ ਗੱਲ ਸੁਣੀ ਪੂਰੀ ਦੀ, ਉਸੇ ਮੇਰਾ ਕੀ ਫਾਇਦਾ? ਬਲੌਗ ਪਰ ਮੈਨੂੰ ਪਹਿਲਾਂ ਸਟਾਰਟ ਕਰਨਾ ਚਾਹੀਦਾ ਸੀ, ਕਿਉਂਕਿ ਜਦੋਂ ਹੀ ਮੈਂ ਉੱਠੀ ਉਹਦੀ ਨਹਾਉਣ ਲਈ ਚਲੀ ਗਈ। ਕਹਿੰਦੀ ਮੈਂ ਪਹਿਲਾਂ ਸਟਾਰਟ ਕਰਨਾ ਸੀ ਵਲੌਗ ਨਾ, ਵੀ ਹੋਰ ਤੂੰ ਪਹਿਲਾਂ ਵਲੌਗ ਕਿੱਥੋਂ ਸਟਾਰਟ ਕਰਨਾ ਸੀ, ਨਹਾ ਕੇ ਤੂੰ ਹੋਣ ਆਈ ਹੈ, ਤਾਂ ਉਸ ਤੋਂ ਪਹਿਲਾਂ ਵਲੌਗ ਕਿੱਦਾਂ ਸਟਾਰਟ ਕਰਨਾ? ਬਾਥਰੂਮ 'ਚ ਕੈਮਰਾ ਔਨ ਕਰਨਾ ਸੀ? ਨਹਾਉਂਦੀ ਹਾਣੇ ਖੋਤੇ ਦੀ ਬੱਚੀ ਹੈ ਯਾਰ, ਇਹਨਾਂ ਨੂੰ ਕੁਛ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਬੋਲਣ ਲੱਗੀ ਹੈ। ਉਹ ਕੋਈ ਸੋਚ ਸਮਝ ਲਿਆ ਕਰੋ ਅੰਨੀ ਆ।
केजरीवाल साहब समझाया करो इन्हों। मेरे को बड़ा दुख हुआ था। केजरीवाल साहब आप परेशान ने की करिए यार, क्या मजाक बना रखा है इन्होंने, नौटंकी कर रखी है इन्होंने। अब सोनी कौर दी एक और वीडियो बड़ी वायरल हो रही है, ਇਹਨੂੰ ਲੋਕੀ ਪਤਾ ਕਹਿੰਦੇ ਨੇ ਵੀ ਇਹ ਇਹ ਫੇਕ ਐਕਟਿੰਗ ਕਰਦੀ ਵੀ, ਕਹਿੰਦੇ ਕੋਲ ਵਾਸ਼ਿੰਗ ਮਸ਼ੀਨ ਪਈ ਹੈ ਅਤੇ ਹੱਥ ਹੱਥ ਨਾਲ ਕਦੋਂ ਕੱਪੜੇ ਧੋਣੀ ਪਈ ਹੈ, ਸਮਝਿਆ ਗੱਲ, ਸਾਫ ਪਤਾ ਲੱਗਦਾ ਓਵਰ ਐਕਟਿੰਗ ਕਰਦੀ ਵੀ ਸੋਤੇ ਦੀ ਬੱਚੀ। ਆਹ ਜਲ ਛੱਡੋ ਯਾਰ ਇਹਨਾਂ ਨੂੰ, ਅਸੀਂ ਸਿਆ ਨਿਆਣਿਆਂ ਨੂੰ ਕੀ ਸਮਝਾਉਣਾ, ਸਿਆਣਿਆਂ ਦੇ ਹਾਲ ਵੇਖ ਲਓ, ਆਹ ਲਓ ਸਾਡੇ ਸਿਆਣੇ। ਜਾਨੀ ਮੇਰਾ ਦਿਲ ਨਹੀਂ ਲੱਗਦਾ ਪਿਓ, ਯਾਰ ਕੀ ਐਟਮਾਂ ਸਾਡੇ ਪੱਲੇ ਪੈ ਗਈਆਂ ਵੇ। ਮੋਦੀ ਸਾਹਿਬ ਕੀ ਹੋ ਰਿਹਾ ਹੈ, ਅੜੇ ਮੋਦੀ ਸਾਹਿਬ ਨੇ ਵੀ ਅੱਜ ਅੱਖਾਂ ਫੇਰ ਲਈਆਂ ਤੁਹਾਡੀਆਂ ਕਰਤੂਤਾਂ ਵੇਖ ਕੇ, ਉਹ ਵੀ ਵਿਚਾਰੇ ਨੇ ਨੀਵੀਂ ਪਾਲੀ ਹੈ। ਝੂਠ ਹੈ, ਝੂਠ ਹੈ, ਝੂਠ ਹੈ। ਪਿਛਲੀ ਇਸ ਵੀਡੀਓ 'ਚ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਨਰੂਲਾ ਫੈਮਿਲੀ ਨੇ ਪਰਸ ਲਿਆਂਦੇ ਨੇ, ਹੈ ਨਾ, ਤੁਹਾਨੂੰ ਮੈਂ ਇਹ ਵੀ ਦਿਖਾਈ ਸੀ, ਰੀਤ ਨਰੂਲਾ ਵੀ ਦਿਖਾਈ ਸੀ, ਮਨਪ੍ਰੀਤ ਵੀ ਦਿਖਾਈ ਸੀ, ਫਿਰ ਉਹ ਜਿਹੜੀ ਸਿਮਰਨ ਨਰੂਲਾ ਵੀ ਦਿਖਾਈ ਸੀ, ਅਤੇ ਇੱਕ ਹੋਰ ਖੋਤੀ ਦੀ ਬੱਚੀ ਜਿਹਦੇ ਕੋਲ ਪਰਸ ਆਏ ਨੇ, ਇਹਨਾਂ ਦੀ ਫਰੈਂਡ ਆ ਜਿਹੜੀ। ਉਹ ਯਾਰ ਇਹ ਕਿੱਥੋਂ ਮਿਲੇ ਨੇ, ਆਹ ਮਲੇਸ਼ੀਆ ਗਈਆਂ ਨੇ, ਆਹ ਸਿਮਰਨ ਕੌਰ ਨੇ ਟਵਿਨ ਟਾਵਰ ਦੇ ਅੱਗੇ, ਆਹ ਮਲੇਸ਼ੀਆ ਹੀ ਨਾ ਟਵਿਨ ਟਾਵਰ, ਉਹਦੇ ਅੱਗੇ ਰੀਲ ਬਣਾਈ, ਮੈਨੂੰ ਲੱਗਦਾ ਇਹਨਾਂ ਦੀ ਚਾਈਨਾ ਦੀ ਕਿਤੇ ਫਲੈਟ ਸੀ, ਉਹ ਸਟੇਅ ਹੋਣੀ ਰਾਹ 'ਚ, ਇਹਨਾਂ ਨੇ ਕਿਤੇ ਦਸਾਂ ਦੇ ਫੜ ਲਏ ਨੇ ਚਾਰ, ਜਿੱਦਾਂ ਪੰਜਾਬ ਰੋਡ ਵਿੱਚ ਬੱਸਾਂ ਨਹੀਂ ਚੜ੍ਹਦੇ ਹੁੰਦੇ, ਦਸਾਂ ਦੀਆਂ ਤਿੰਨ ਕੰਘੀਆਂ, ਦਸਾਂ ਦੀਆਂ ਤਿੰਨ ਕੰਘੀਆਂ। ਲੰਬੇ ਸਫ਼ਰ ਕਾ ਮਜ਼ਾ ਤੋ ਆਪ ਲੋਕ ਲੈਤੇ ਰਹੇਗੇ ਜੀ, ਮੇਰੇ ਭਾਈ ਲੰਬੇ ਸਫ਼ਰ ਕਾ ਮਜ਼ਾ ਤੋ ਆਪ ਲੋਕ ਲੈਤੇ ਰਹੇਗੇ। ਉੱਦਾਂ ਇਹਨਾਂ ਨੇ ਕਿਤੇ ਫੜੀ ਹੋਣੀ ਚਾਈਨਾ ਦੀ ਫਲੈਟ, ਉਹ ਚਾਈਨਾ 'ਚ ਰੁਕੀ ਹੋਣੀ ਅਤੇ ਚੜ੍ਹ ਗਏ ਹੋਣਾ ਕੋਈ ਚੀਨੀ, ਦਸਾਂ ਦੇ ਤਿੰਨ, ਦਸਾਂ ਦੇ ਤਿੰਨ, ਦਸਾਂ ਦੇ ਤਿੰਨ। ਮੇਰੇ ਘਰ ਤੋਂ ਇੱਕ ਘੰਟੇ ਦਾ ਰਸਤਾ ਹੈ। ਹੋਰ ਕਿਹੜੀ ਗੱਲ ਸੀ ਯਾਰ ਕਰਨ ਵਾਲੀ, ਆਹੋ ਇਟਸ ਆਂਚਲ, ਇਟਸ ਆਂਚਲ ਦਾ ਪਤਾ ਕੌਣ ਹੈ, ਮੈਂ ਤੁਹਾਨੂੰ ਦੱਸਦਾ ਨਹੀਂ ਪਤਾ, ਤੇ ਆਹ ਵੇਖੋ ਇਟਸ ਆਂਚਲ। ਗਰੰਟੀ ਵੀ ਕਿੱਦਾਂ ਚੱਕਦੀ ਵੀ ਇਹ 100% ਟਰਸਟਡ, ਤੇ ਜੇ ਕਿਸੇ ਦੀ ਫਲੈਟ ਨਾ ਨਾ ਕਿਸੇ ਦਾ ਫੇਕ ਵੀਜ਼ਾ ਲੱਗ ਗਿਆ, ਅਗਲੇ ਨੇ ਘਰ ਆ ਕੇ ਪਿੱਤੋਂ ਹੀ ਮਸ਼ਹੂਰੀ ਕਰਦੀ ਸੀ। ਮੈਨੂੰ ਸੱਚ ਇਸ ਕੁੜੀ ਦੀ ਗੱਲ ਤੋਂ ਗੱਲ ਯਾਦ ਆਈ, ਇੱਕ ਯੂਟਿਊਬਰ ਵੈਸਟਰਨ ਪੇਂਡੂ, ਆਹ ਆਵੇ ਮੁੰਡੇ ਦਾ ਚੈਨਲ ਆ ਵੇਖ ਲਿਓ, ਇਹ ਖੋਤੀ ਦੇ ਬੱਚੇ ਨੇ ਇੱਕ ਮਸ਼ਹੂਰੀ ਕੀਤੀ ਸੀ, ਇੱਦਾਂ ਅੱਜ ਜਿੱਦਾਂ ਕੁੜੀ ਨਹੀਂ ਕਰ ਰਹੀ ਵੀ ਬੜੇ ਟਰਸਟ ਫੁੱਲਣੇ, ਇੱਦਾਂ ਹੀ ਆ ਪੇਂਡੂ ਮੁੰਡੇ ਨੇ ਵੈਸਟਰਨ ਪੇਂਡੂ ਨੇ ਇੱਕ ਮਸ਼ਹੂਰੀ ਕੀਤੀ ਸੀ ਵੀ ਇਹ ਐਪ ਡਾਊਨਲੋਡ ਕਰੋ ਅਤੇ ਤੁਸੀਂ ਕ੍ਰਿਕਟ ਖੇਡੋ ਅਤੇ ਤੁਹਾਨੂੰ ਲੱਖਾਂ ਰੁਪਏ ਜਿੱਤੋਗੇ। ਕੋਈ ਕੁੜੀ ਸੀ ਉਹਨੇ ਇਹਦੇ ਪਿੱਛੇ ਲੱਗ ਕੇ ਐਪ ਡਾਊਨਲੋਡ ਕਰ ਲਈ ਅਤੇ 10,000 ਰੁਪਏ ਉਹਨੇ ਜੂਏ 'ਤੇ ਲਾਤਾ, ਉਹ ਹਾਰ ਗਈ। ਉਹ ਹੁਣ ਆਪਣੇ ਘਰ ਵਾਲੇ ਨੂੰ ਵੀ ਨਹੀਂ ਦੱਸ ਸਕਦੀ, ਉਹਨੇ ਮੈਨੂੰ ਫੋਨ ਕੀਤਾ, ਮੈਂ ਇਸ ਮੁੰਡੇ ਨੂੰ 2 ਮਹੀਨੇ ਹੋ ਗਏ ਕਮੈਂਟ ਕੀਤਾ ਕਿ ਵੀਰ ਉਹ ਕੁੜੀ ਬੜੀ ਪਰੇਸ਼ਾਨ ਹੈ, ਤੂੰ ਐਪ ਐਪਲੀਕੇਸ਼ਨ ਵਾਲਿਆਂ ਨਾਲ ਗੱਲਬਾਤ ਕਰ, ਤੇਰੇ ਕਹਿਣ 'ਤੇ ਉਹਨੇ ਡਾਊਨਲੋਡ ਕੀਤੀ, ਉਹ ਕੀ ਗੱਲ, ਉਹ ਉਹਨਾਂ ਦੇ ਫ੍ਰੀ ਜਿਹੜਾ ਕਸਟਮਰ ਸਰਵਿਸ ਨੰਬਰ ਵਾਲਾ ਹੁੰਦਾ, ਫ੍ਰੀ ਹੈ ਨਾ ਟੋਲ ਫ੍ਰੀ ਨੰਬਰ ਹੁੰਦੇ, ਉਹਦੇ 'ਤੇ ਵੀ ਉਹ ਜਵਾਬ ਨਹੀਂ ਦੇ ਰਹੇ, ਕੀ ਗੱਲ ਹੈ, ਅਤੇ ਉਹ ਇਹ ਖੋਤੀ ਦਾ ਬੱਚਾ ਵੀ ਮੈਨੂੰ ਜਵਾਬ ਨਹੀਂ ਦੇ ਰਿਹਾ, ਹੁਣ ਦੱਸੋ ਮੈਂ ਕਿੱਥੇ ਜਾਵਾਂ, 2 ਮਹੀਨੇ ਹੋ ਗਏ ਨੇ, ਦੱਸੋ ਮੈਂ ਕੀ ਕਹਾਂ ਇਹਨੂੰ। ਇੰਸਟਾਗ੍ਰਾਮ 'ਤੇ ਵੀ ਮੈਸੇਜ ਕੀਤੇ ਨੇ ਕਿ ਮੈਂ ਐਡਾ ਵੱਡਾ ਸਟਾਰ ਹੋ ਗਿਆ, ਸਾਲੇ ਨੂੰ 2,000 ਵਿਊ ਨਹੀਂ ਆਉਂਦੇ, ਅਤੇ ਕਮੈਂਟ ਭੈ ਜੋ 2-3 ਕਮੈਂਟ ਨਹੀਂ ਆਉਂਦੇ, ਅਤੇ ਫਿਰ ਵੀ ਨਹੀਂ ਇਹਨੂੰ ਜਵਾਬ ਦਿੱਤਾ ਮੈਨੂੰ, ਵੇਖ ਲਾ ਅਸੀਂ, ਸਾਨੂੰ 500-500 ਕਮੈਂਟ ਆ ਜੇ, ਫਿਰ ਵੀ ਇਹ ਜਵਾਬ ਦੇ ਦਿੰਦੇ, ਅਤੇ ਇਹਨਾਂ ਨੂੰ 2-2-3-3 ਕਮੈਂਟ ਆਉਂਦੇ, ਫਿਰ ਵੀ ਨਹੀਂ ਜਵਾਬ ਦਿੰਦੇ, ਇਹ ਹਾਲ ਇਹਨਾਂ ਦਗੜ ਦੱਲਿਆਂ ਦਾ, ਅਤੇ ਇਹਨੂੰ ਕਿਹੋ ਵੈਸਟਰਨ ਪਿੰਡ ਨੂੰ ਵੀ ਇਟਲੀ ਵਾਲਾ ਤੈਨੂੰ ਯਾਦ ਕਰਦਾ ਪਿਆ ਸੀ, ਖੋਤੀ ਦਾ ਬੱਚਾ। ਅੱਛਾ ਜੀ ਅਗਲੀ ਗੱਲ ਕੀ ਜਿਹੜੀ ਸੀ, ਰੁਕਾਵਟ ਕੇ ਲਈ ਖੇਦ ਹੈ, ਆਹੋ ਅੰਚਲ ਦੀ ਮੈਂ ਗੱਲ ਕਰਦਾ ਪਿਆ ਵੀ ਜਿਹਨਾਂ ਨੇ ਆਹ ਵੀਜ਼ੇ ਦੀ ਇਹਨੂੰ ਮਸ਼ਹੂਰੀ ਦਿੱਤੀ, ਤੁਸੀਂ ਕੀ ਸੋਚ ਸਮਝ ਕੇ ਦਿੱਤੀ ਹੋ ਇਹਨੂੰ ਮਸ਼ਹੂਰੀ, ਅੰਚਲ ਦੀ ਪ੍ਰੋਫਾਈਲ ਚੈੱਕ ਕਰੀਏ ਅੱਜ, ਲਓ ਜੀ ਅੰਚਲ ਦੀ ਪ੍ਰੋਫਾਈਲ ਹੈ ਅੰਚਲ ਆਰਟਿਸਟ। ਅੱਛਾ ਆਰਟਿਸਟ ਵੇਖ ਕੇ, ਕੀ ਆਰਟਿਸਟ, ਕਿਹੜਾ ਗੁਣ ਹੈ ਅੰਚਲ ਜੀ ਤੁਹਾਡੇ 'ਚ, ਲਿਖਦੇ ਹੋ, ਗਾਉਂਦੇ ਹੋ, ਮਿਊਜ਼ਿਕ ਦਿੰਦੇ, ਕੀ ਦਿੰਦੇ ਹੋ, ਲਿਪਸਿੰਗ ਕਰਦੀ ਹੈ, ਉਹਨੂੰ ਆਰਟਿਸਟ ਨੇ, ਉਹਨੂੰ ਲਿਪਸਟਿਕ ਆਰਟਿਸਟ ਕਹਿੰਦੇ ਨੇ, ਪਹਿਲਾਂ ਮੈਂ ਸੋਚਿਆ ਸੀ ਮਿਮਿਕਰੀ ਆਰਟਿਸਟ ਕਹਿੰਦੇ ਨੇ ਉਹਨੂੰ, ਫਿਰ ਮੈਨੂੰ ਕਿਸੇ ਨੇ ਨਾਲ ਦੇ ਨੇ ਦੱਸਿਆ ਨਹੀਂ, ਉਹਨੂੰ ਮਿਮਿਕਰੀ ਆਰਟਿਸਟ ਵੀ ਨਹੀਂ ਕਹਿੰਦੇ ਜਿਹੜਾ ਕਿਸੇ ਦੀ ਨਕਲ ਕਰਦਾ, ਇਹ ਲਿਪਸਿੰਗ ਕਰਦੇ ਨੇ, ਇਹ ਕਿਸੇ ਭੈਣ ਚੋਂ ਕੈਟਾਗਰੀ 'ਚ ਨਹੀਂ ਆਉਂਦੇ ਫੁੱਦੂ। ਆਹ ਵੇਖੋ ਆਹ ਕੀ ਟੈਲੈਂਟ ਇਹਦੇ 'ਚ, ਇੱਦਾਂ ਕੌਣ, ਇੱਦਾਂ ਮੈਂ ਵੀ ਕਰ ਸਕਦਾ ਯਾਰ, ਮੇਰੇ ਲੰਬੇ ਵਾਲ ਹੋਣ, ਮੈਂ ਵੀ ਇੱਦਾਂ ਕਰ ਸਕਦਾ, ਇਹ 'ਚ ਕੀ ਔਖਾ ਹੈ, ਇਹਦੇ 'ਚ ਕੀ ਔਖਾ ਹੈ ਯਾਰ, ਇਹਨਾਂ ਨੂੰ ਇਹਨਾਂ ਦੇ ਕਿੰਨੇ ਕਿੰਨੇ ਵਿਊ ਨੇ, 5,34,000 ਬੰਦੇ ਨੇ ਇਹਨੂੰ ਫੋਲੋ ਕੀਤਾ, ਯਾਰ ਤੁਸੀਂ ਕੀ ਸੋਚ ਕੇ ਕੀਤਾ ਹੈ, ਮੈਨੂੰ ਦੱਸੋ ਵੀ ਕਿਹੜੀ ਕੁੜੀ
ਜਾਂ ਕਿਹੜਾ ਬੱਚਾ ਜਾਂ ਕਿਹੜਾ ਬੰਦਾ ਇੱਦਾਂ ਨਹੀਂ ਤੁਰ ਸਕਦਾ ਮੈਨੂੰ ਦੱਸੋ ਵੀ ਭੈਣ ਕਿਹੜਾ ਟੈਲੈਂਟ ਹੈ ਯਾਰ ਤੇਰੇ 'ਚ ਫਿਰ ਮੈਂ ਹੁਣ ਕੀ ਜੁੱਤੀ ਫੇਰਾ ਕਹਿਣਾ ਧੀ ਧਿਆਣੀਆਂ ਨੇ ਜੂਤੋਂ ਔਰ ਕੱਪੜੋਂ ਪਰ GST ਬੜਾਣੇ ਦਾ ਫੈਸਲਾ ਸਰਕਾਰ ਨੇ ਕਰ ਲਿਆ ਹੈ ਸਮਝ ਨਹੀਂ ਆਉਂਦੀ ਯਾਰ ਲੋਕਾਂ ਦੀ ਆਹ ਵੇਖ ਲਓ ਇੱਕ ਜੋੜਾ ਕਿਵੇਂ ਆ ਖੰਡ ਤੇ ਦੇ ਦੇ ਫਿਰ ਦੋ ਕਿਲੋ ਤੋਲਦੇ ਵੀ ਖੋਤੇ ਦੀ ਬੱਚੀ ਤੈਨੂੰ ਪਤਾ ਤੂੰ ਕੀ ਕਹਿੰਦੀ ਪਈ ਹੈ ਉਹ ਤੇਰਾ ਰੇਟ ਪੁੱਛਦਾ ਵੇ ਤੇ ਕਹਿੰਦੀ ਵੀ 40 ਰੁਪਏ ਕਿਲੋ ਯਾਰ ਤੁਹਾਡੀ ਅਗਲ ਉਹ ਕੀ ਹੋ ਗਿਆ ਤੇਰਾ ਰੇਟ ਤੇ ਆਹ ਫੁੱਦੂ ਦੀ ਮੈਂ ਪ੍ਰੋਫਾਈਲ ਦੇਖੀ ਹੈ ਇਹਦੀਆਂ ਜਿੰਨੀਆਂ ਮੀਡੀਆ ਨੇ ਸਾਰੀਆਂ ਇੱਦਾਂ ਨੇ ਕੁੜੀ ਨੂੰ ਅੱਗੇ ਕੀਤਾ ਆਹ ਪਿੱਛੇ ਵੇ ਆਹ ਲਓ ਜਿੰਨੀਆਂ ਵੀਡੀਓ ਵੇਖੋਗੇ ਨਾ ਕੁੜੀ ਅੱਗੇ ਤੇ ਆਹ ਪਿੱਛੇ ਇਹਨਾਂ ਫੁੱਦੂਆਂ ਨੂੰ ਪਤਾ ਹੈ ਤੁਸੀਂ ਖੁਸ਼ੀ ਪੰਜਾਬਣ ਵੇਖ ਲਓ ਵਿਵੇਕ ਵੀ ਪਿੱਛੇ ਖੜਾ ਹੁੰਦਾ ਇੰਦਰਕਿਰਤ ਵੇਖ ਲਓ ਇੰਦਰ ਪਿੱਛੇ ਖੜਾ ਹੁੰਦਾ ਇਹ ਜਿੰਨੇ ਕਪਲ ਨੇ ਮੁੰਡੇ ਪਿੱਛੇ ਖੜੇ ਹੁੰਦੇ ਕੁੜੀਆਂ ਨੂੰ ਆ ਇਹਨਾਂ ਨੂੰ ਪਤਾ ਹੈ ਵੀ ਠਰਕੀਆਂ ਨੇ ਸਾਨੂੰ ਕਿਹੜਾ ਵੇਖਣਾ ਵੇਖਣਾ ਸਾਡੀ ਘਰ ਦੀ ਉਹਨੂੰ ਨਾ ਬਿਲਕੁਲ ਆਪਨੇ ਮੇਰੇ ਦਿਲ ਕੀ ਬਾਤ ਬਤਾ ਦਿਲ ਕੀ ਬਾਤ ਤੂੰ ਮੈਨੂੰ ਗੱਲ ਯਾਦ ਆਈ ਥੋੜੇ ਦਿਨ ਪਹਿਲਾਂ ਨਾ ਢਿੱਲੋ ਪ੍ਰੀਤ ਨੇ ਮੇਰੇ ਉੱਤੇ ਇੱਕ ਵੀਡੀਓ ਬਣਾਈ ਸੀ ਆ ਵੀ ਦਿੰਦੇ ਖਾਨੇ ਗੱਲ ਵੀ ਪਾ ਦਿੰਦੇ ਆ ਪੋਸਟ ਕਰਨਾ ਤਰੀਕੇ ਨਾਲ ਤਰੀਕੇ ਨਾਲ ਕਰੋ ਯਾਰ ਇਹ ਨਹੀਂ ਕਿ ਅਗਲੇ ਨੂੰ ਭੈਣ ਚੋ ਇਦਾਂ ਕਰਦਾ ਹੀ ਜਾਏ ਮੈਂ ਵੀ ਸੋਚਿਆ ਮੈਂ ਕਿ ਢਿੱਲੋ ਪ੍ਰੀਤ ਨੂੰ ਮੈਂ ਕਦੀ ਰੋਸਟ ਨਹੀਂ ਕੀਤਾ ਦੀ ਮੈਂ ਕਦੀ ਕੁੱਤੇ ਖਾਨ ਨਹੀਂ ਕੀਤੀ ਇਹਨੇ ਮੇਰੇ ਉੱਤੇ ਕਿਉਂ ਵੀਡੀਓ ਬਣਾਈ ਇਹਨੂੰ ਕਾਤੋਂ ਦੁੱਖ ਲੱਗਾ ਉਹ ਫਿਰ ਮੈਂ ਤਫਤੀਸ਼ ਕੀਤੀ ਮੇਰੀ ਤਫਤੀਸ਼ 'ਚ ਫਿਰ ਜਾਂਚ 'ਚ ਇਹ ਪਾਇਆ ਗਿਆ ਵੀ ਮੈਂ ਇੱਕ ਵੀਡੀਓ ਬਣਾਈ ਸੀ ਪ੍ਰਭ ਕੌਰ ਦੇ ਕਰੇਲੇ ਭਾਬੀ ਦਾ ਦੁੱਖ ਲੱਗਾ ਸੀ ਇਹ ਭਾਬੀ ਲੱਗਦੀ ਹੈ ਢਿੱਲੋਪਰੀ ਦੀ ਪ੍ਰਭ ਕੌਰ ਭਾਬੀ ਲੱਗਦੀ ਹੈ ਭਾਬੀ ਤੁਮਨੇ ਮੇਰੀ ਚਟਨੀ ਨਹੀਂ ਬਣਾਈ ਇਹ ਖੋਦੀ ਦਾ ਬੱਚਾ ਤਾਂ ਮੇਰੇ ਤੇ ਬੋਲ ਰਿਹਾ ਸੀ ਪਰ ਕੋਈ ਚੱਕਰ ਨਹੀਂ ਬੜੇ ਦਿਨ ਹੋ ਗਏ ਪ੍ਰਭ ਕੌਰ ਦੀ ਪ੍ਰੋਫਾਈਲ ਹੀ ਚੈੱਕ ਕੀਤੀ ਅਸੀਂ ਵੇਖੀਏ ਸੀ ਢਿੱਲੋਪਰੀ ਜੀ ਤੇਰੇ ਵੱਲ ਵੀ ਆਵਾਂਗੇ ਕੋਈ ਚੱਕਰ ਨਹੀਂ ਤੇਰੇ ਵੱਲ ਵੀ ਆਵਾਂਗੇ ਕਿਸੇ ਦਿਨ ਟਾਈਮ ਕੱਢ ਕੇ ਆਵਾਂਗੇ ਖੁੱਲ੍ਹਾ ਟਾਈਮ ਤੇਰੇ ਵਾਸਤੇ ਕੱਢ ਕੇ ਆਵਾਂਗਾ ਮੇਰਾ ਭਰਾ ਟੈਨਸ਼ਨ ਨਹੀਂ ਪਰ ਅੱਜ ਤੇਰੀ ਭਰਜਾਈ ਦੀ ਪ੍ਰੋਫਾਈਲ ਵੇਖੀਏ ਕੀ ਕਰ ਰਹੀ ਹੈ ਬਸ ਆਹੀ ਕੰਮ ਇਹਨਾਂ ਕੋਲ ਸਲੋ ਮੋਸ਼ਨ 'ਚ ਭੈਣ 'ਚ ਰੀਲਾਂ ਬਣਵਾ ਲਓ ਇੱਥੋਂ ਬੋਬੀ ਕੱਟ ਦੀ ਕੀ ਹੁੰਦੀ ਬੋਏ ਕੱਟ ਆਹ ਕਰਾ ਲਓ ਕਦੀ ਘਰ ਦਾ ਕੰਮ ਕਰਨ ਨੂੰ ਕਹਿ ਦਿਓ ਨਾ ਕਰੇਲੇ ਬਣਾਉਣ ਨੂੰ ਤਾਂ ਇੱਦਾਂ ਡਰਦੀਆਂ ਨੇ ਖੋਤੇ ਦੀਆਂ ਬੱਚੀਆਂ ਹੈਂ ਆਹ ਲਓ ਵੇਖੀ ਠੀਕ ਹੈ ਮੈਂ ਇੱਕ ਗੱਲ ਤੇ ਮੰਨੂੰਗੀ ਜੇ ਤੂੰ ਸਾਰੇ ਜਿਹੜੀਆਂ ਤੇਰੀਆਂ ਫੀਮੇਲ ਫਰੈਂਡਸ ਹਨ ਉਹਨਾਂ ਨੂੰ ਅਨਫੋਲੋ ਕਰ ਦੇ ਇੰਸਟਾਗ੍ਰਾਮ ਆ ਜਿੰਨੀ ਤੂੰ ਕਿਊਟ ਬਣਨੀ ਨਾ ਦੰਦਲਾ ਇੰਨੀ ਕਿਊਟ ਤੇ ਹੈ ਨਹੀਂ ਤੇਰੇ ਵਰਗੀਆਂ ਪਿੰਡ 'ਚ ਹੁੰਦੀਆਂ ਰੱਜੀ ਨਾ ਆਦੀਆਂ ਕਦੀ ਕੰਧ ਟੱਪਦੀਆਂ ਇੱਧਰ ਕਦੀ ਘੀਰਾ ਟੱਪਦੀਆਂ ਇੱਧਰ ਕਦੀ ਪਾਥੀ ਥੱਪਦੀਆਂ ਹੁੰਦੀਆਂ ਨੇ ਹੈਂ ਘਰ ਦੀ ਘਰੇਲੂ ਪੇਂਡੂ ਕੁੜੀਆਂ ਹੁੰਦੀਆਂ ਨੇ ਬੜੀ ਚੰਗੀਆਂ ਰੱਜੀ ਤੇ ਤੂੰ ਬਣੀ ਹੈ ਡੁਪਲੀਕੇਟ ਰੱਜੀ ਡੁਪਲੀਕੇਟ ਵੀ ਨਹੀਂ ਤੂੰ ਰੱਜੀ ਖੋਤੇ ਦੀ ਬੱਚੀ ਅੱਛਾ ਵੇਖੋ ਤੁਸੀਂ ਕਦਾਂ ਕਿ ਡੁਪਲੀਕੇਟ ਕਿਊਟ ਡੁਪਲੀਕੇਟ ਫੇਕ ਐਕਸਪ੍ਰੈਸ਼ਨ ਵੇਖੋ ਮੈਂ ਇੱਕ ਗੱਲ ਤੇ ਮੰਨੂੰਗੀ ਜੇ ਤੂੰ ਸਾਰੇ ਜਿਹੜੀਆਂ ਤੇਰੀਆਂ ਫੀਮੇਲ ਫਰੈਂਡਸ ਹਨ ਉਹਨਾਂ ਨੂੰ ਅਨਫੋਲੋ ਕਰ ਦੇ ਇੰਸਟਾਗ੍ਰਾਮ ਨਹੀਂ ਤੂੰ ਇੰਨੀ ਕਿਊਟ ਨਹੀਂ ਹੈ ਤੂੰ ਇੰਨੀ ਕਿਊਟ ਨਹੀਂ 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 ਇਹ ਫੇਕ ਐਕਸਪ੍ਰੈਸ਼ਨ ਹੈ ਫੇਕ ਸਾਰਾ ਕੁਝ ਫੇਕ ਹੈ ਰੱਜੀ ਝੂਠਾ ਨਾ ਰੱਖਿਆ ਪ੍ਰਭ ਕੌਰ ਰੱਜੀ ਹੈ ਤੂੰ ਰੱਜੀ ਹੈ ਰੱਜੀ ਰੋਜੀ ਖੋਤੇ ਦੀ ਬੱਚੀ ਹੈਲੋ ਬਿਊਟੀਫੁਲ ਪੀਪਲ ਆਈ ਹੋਪ ਸੋ ਯੂ ਆਲ ਆਰ ਫਾਈਨ ਤੇ ਮੇਰਾ ਯੂਟਿਊਬ ਤੇ ਬਲੌਗ ਆ ਗਿਆ ਹੈ ਸਾਰੇ ਜਣੇ ਜਾ ਕੇ ਜ਼ਰੂਰ ਦੱਸਿਓ ਕਿਹਾ ਜਿਹਾ ਬੋਲਦੇ ਨਹੀਂ ਤਾਂ ਪਈ ਹੈ ਸੈਕਸੀ ਜੀ ਆਵਾਜ਼ 'ਚ ਮੇਰਾ ਵਲੌਗ ਆ ਗਿਆ ਹੈਲੋ ਪੀਪਲ ਡੀਅਰ ਪੀਪਲ ਉਹ ਇੱਦਾਂ ਵਲੌਗ ਹੀ ਆਇਆ ਕੋਈ ਤੇਰੀ ਕੋਈ ਪੋਰਨ ਫਿਲਮ ਨਹੀਂ ਆਈ ਖੋਤੇ ਦੀ ਬੱਚੀ ਯਾਰ ਇਹਨਾਂ ਨੂੰ ਹੋ ਕੀ ਗਿਆ ਸਕੂਲੇ ਪੜ੍ਹਦੀ ਬੱਚੀ ਦੀ ਮੈਂ ਇਹਦੀ ਮੈਂ ਪ੍ਰੋਫਾਈਲ ਵੇਖੀ ਹੈ ਉਹ ਇਹਦੇ ਮਾਂ ਪਿਓ ਜਿਹੜਾ ਵੀ ਵੇਖਦਾ ਪਿਆ ਉਹਨੂੰ ਪੜ੍ਹਾਓ ਲਿਖਾਓ ਆਪਣੀ ਬੱਚੀ ਨੂੰ ਪੜ੍ਹਾਓ ਇਹਦੇ ਵਰਗੀ ਬਣਾਓ IAS ਬਣਨਾ ਚਾਹਤੇ ਸੋਨੂ ਵਰਗੀ ਬਣਾਓ ਸਾਡੇ ਪੰਜਾਬ ਦੇ ਬੱਚੇ 18-18 20-20 ਸਾਲਾਂ ਦੇ ਹੋ ਗਏ 22-22 ਸਾਲਾਂ ਦੇ ਤੇ ਅਕਲ ਨਹੀਂ ਆਈ ਕੋਈ 11 ਸਾਲ ਦੇ ਬੱਚੇ ਕੋਲ ਕੁਝ ਸਿੱਖੋ ਸੋਨੂ ਕੋਲੋਂ ਕੀ ਬਣਨਾ ਚਾਹੁੰਦਾ ਸੋਨੂ ਬੱਚਾ ਇੱਕ ਵਾਰੀ ਫਿਰ ਦੱਸੀ IAS ਬਣਨਾ ਚਾਹਤੇ ਆ IAS ਤੇ ਆ ਜਿਹੜੀ ਕੁੜੀ ਹੈ ਹੈਲੋ ਬਿਊਟੀਫੁਲ ਪੀਪਲ ਡੀਅਰ ਪੀਪਲ ਕਰ ਰਹੀ ਹੈ ਅੰਨੀ ਦੀ ਇਹਦੇ ਕੋਲ ਸੋਨੂ ਕੋ ਕੁਝ ਸਿੱਖ ਸੈਕਸੀ ਆਵਾਜ਼ਾਂ 'ਚ ਹੈਲੋ ਪੀਪਲ ਤੇ ਮੈਂ ਵੇਖਿਆ ਵਾ ਲੋਕ ਅਸੀਂ ਜਿਹੜੀ ਸੈਕਸੀ ਆਵਾਜ਼ 'ਚ ਕਹਿੰਦੇ ਨਹੀਂ ਪਈ ਹੈਲੋ ਬਿਊਟੀਫੁਲ ਪੀਪਲ ਆਈ ਹੋਪ ਸੋ ਯੂ ਆਲ ਆਰ ਫਾਈਨ ਤੇ ਮੇਰਾ ਯੂਟਿਊਬ ਤੇ ਬਲੌਗ ਆ ਗਿਆ ਮੈਂ ਵੇਖਿਆ ਤਾਂ ਵਲੋਗ ਕਟਿੰਗ ਕਰਨ ਦੀ ਪਈ ਹੈ ਬਿਊਟੀ ਪਾਰਲਰ 'ਚ ਜਾ ਕੇ ਵੀ ਬੜਾ ਧੋਖਾ ਕੰਮ ਕੀਤਾ ਹੈ ਕਿਸੇ ਨੇ ਨਹੀਂ ਅੱਜ ਤੱਕ ਕੰਮ ਕੀਤਾ ਵੀ ਕਿਹੜੀ ਕੁੜੀ ਹੋਏਗੀ ਜਿਹੜੀ ਬਿਊਟੀ ਪਾਰਲਰ 'ਤੇ ਨਹੀਂ ਜਾਂਦੀ ਹਰ ਬਿਊਟੀ ਪਾਰਲਰ 'ਤੇ ਕੁੜੀ ਜਾ ਕੇ ਆਪਣੇ ਵਾਲ ਕਟਿੰਗ ਕਰਾ ਕੇ ਆਉਂਦੀ ਕੋਈ ਪੈਡੀਕਿਓਰ ਕਰਾਉਂਦੀ ਕੋਈ ਫਲਾਣਾ ਢੀਂਕੜਾ ਇਹ 'ਚ ਕਿਹੜਾ ਕੰਮ ਕਿਹੜਾ ਤੂੰ ਵਿਲੱਖਣ ਕੰਮ ਕੀਤਾ ਮੇਰਾ ਵਲੋਗ ਵੇਖੋ ਜਾ ਕੇ ਖੋਤੇ ਦੀ ਬੱਚੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਅੱਜ ਦੀ ਵੀਡੀਓ ਇੰਨਾ ਹੀ ਅਤੇ ਉਹ ਜਿਹੜੇ ਵੀ ਦੋ ਬੰਦੇ ਸੀ ਮੈਮਰੀ ਕਾਰਡ ਮੇਰਾ ਲੈ ਗਏ ਨੇ ਮੈਂ ਕੀਤਾ ਸੀ ਇੱਕ ਭਰਾਵਾਂ ਨਾਲ ਪ੍ਰੋਗਰਾਮ ਤਾਂ ਹੀ ਮੇਰੀ ਵੀਡੀਓ ਇੰਨੇ ਦਿਨ ਲੇਟ ਆਈ ਹੈ ਪਰਸੋਂ ਅਸੀਂ ਇੱਕ ਵੀਡੀਓ ਸ਼ੂਟ ਕੀਤੀ ਸੀ ਭਰਾਵਾਂ ਨਾਲ ਵੀਡੀਓ ਕੋਲ 'ਤੇ ਨਾ 4-5 ਭਰਾਵਾਂ ਦੀ ਮੈਨੂੰ ਫੋਨ ਕੋਲ ਆਈ ਉਹ ਅਜੇ ਵੀ ਮੇਰੇ ਕੋਲ ਵੀਡੀਓ ਕੋਲ ਆਇਆ ਮੈਂ ਇੱਥੇ ਲਾ ਦਾਂਗਾ ਜੇ ਮੈਨੂੰ ਲੱਭ ਗਈ ਸਿਰਫ ਉਹਦੀ ਆਵਾਜ਼ ਹੈ ਆਵਾਜ਼ ਇਹ ਸਪੀਕਰ 'ਚ ਜਿਹੜੀ ਰਿਕਾਰਡ ਕੀਤੀ ਸੀ ਉਹ ਆਵਾਜ਼ ਮੈਮਰੀ ਕਾਰਡ 'ਚ ਸੀ ਉਹ ਆਵਾਜ਼ ਤੁਹਾਡੀ ਲਿਪਸਿੰਗ ਨਾਲ ਮੈਚ ਕਰਕੇ ਫਿਰ ਉਹ ਐਡੀਟਿੰਗ ਹੁੰਦੀ ਹੈ
ਉਹ ਮੈਂ ਮੁੰਡੇ ਮੇਰੇ ਕੋਲ ਦੋ ਆ ਗਏ ਕੋਈ ਨਸ਼ੇ ਕਰਦੇ ਅਤੇ ਬਾਹਰ ਸੌਂਦੇ ਸੀ ਅਤੇ ਕੋਈ ਸੱਜਣ ਮਿੱਤਰ ਮੈਨੂੰ ਦੇ ਗਿਆ ਵੀ ਆਪਣੇ ਕੋਲ ਸਮਾਨ ਸਮੂਹ ਲਈ ਅਤੇ ਚੱਲ ਤੇਰੇ ਕੋਲ ਹੈ ਨਾ ਕੰਮ 'ਤੇ ਭੇਜ ਦਿੱਤੀ ਮੈਂ ਠੀਕ ਹੈ ਉਹ ਉਹਨੂੰ ਮੈਂ ਪੈਕ ਕਰਾਇਆ ਦਿੱਤਾ ਟ੍ਰੇਨ ਦਾ ਮੈਂ ਕਿਹਾ ਜਾ ਫਲਾਣਾ ਬੰਦਾ ਉੱਥੇ ਉੱਥੇ ਰਹਿੰਦਾ ਉਹਦੇ ਕੋਲ ਆਹ ਪੈਸੇ ਨੇ ਟਿਕਟ ਦੇ ਪੈਸੇ ਕੋਈ ਫਾਲਤੂ ਨਹੀਂ ਸੀ ਹੈ ਟਿਕਟ ਦੇ ਪੈਸੇ ਮੈਨੂੰ ਪਤਾ ਨਸ਼ੇ ਕਰਦੇ ਮੈਂ ਟਿਕਟ ਦੇ ਪੈਸੇ ਦਿੱਤੇ ਪਰ ਉਹ ਭਾਈ ਜੀ ਦੋ ਦਿਨ ਹੋ ਗਏ ਇੱਥੇ ਨਸ਼ਾ ਨਹੀਂ ਕਰਨ ਨੂੰ ਮਿਲਿਆ ਉਹਨਾਂ ਨੂੰ ਉਹ ਭੱਜ ਗਏ ਤਾਂ ਮੈਂਬਰੀ ਕਾਰਡ ਉਹ ਖੋਤੀ ਦੇ ਬੱਚੇ ਮੈਂਬਰੀ ਕਾਰਡ ਦੇ ਜੋ ਮੇਰਾ ਤਾਂ ਨਹੀਂ ਵੀਡੀਓ ਆਈ ਅਤੇ ਬਾਕੀ ਮਿਲਦੀ ਜੀ ਕਿਸੇ ਅਗਲੀ ਵੀਡੀਓ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬੈਲ ਬਟਨ ਕੋ ਪ੍ਰੈਸ ਕਰ ਦੇਣਾ ਉਹ ਬਿਲਕੁਲ ਫ੍ਰੀ ਹੈ ਬਾਏ ਨੈਕਸਟ ਵੀਡੀਓ ਮੈਂ ਮਿਲਦੇ ਹਾਂ